ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਹੈ? ਠੀਕ ਹੋ ਜੀ ਸਾਰੇ? ਇੱਕ ਸਾਡੇ ਭਾਈ ਪ੍ਰਿੰਸੀਪਲ ਸਾਹਿਬ ਗਿਆਨੀ ਬਹਾਦਰ ਸਿੰਘ ਜੀ, ਸਮੂਹ ਸਟਾਫ ਸਕੂਲ ਦਾ ਬਹੁਤ ਸੋਹਣਾ ਉਪਰਾਲਾ ਕਰ ਰਹੇ ਨੇ। ਲਗਭਗ 150 ਬੂਟਾ ਇਹ ਲੈ ਕੇ ਆਏ ਨੇ, ਅੰਬਾਂ ਦੇ, ਟਾਹਲੀਆਂ, ਕਿੱਕਰਾਂ, ਦੇਸੀ ਨਿੰਮ, ਹੈ ਨਾ, ਜਾਮਣਾਂ, ਕਾਫੀ ਤਰ੍ਹਾਂ ਦੇ ਬੂਟੇ ਲੈ ਕੇ ਆਏ ਨੇ। ਅਤੇ ਅਸੀਂ ਪ੍ਰਿੰਸੀਪਲ ਸਾਹਿਬ ਜੀ ਦਾ ਮਤਲਬ ਕਿ ਆਪਾਂ ਕਹਿ ਦਈਏ ਨਾ ਮਾਣ ਵਧਾਉਣ ਵਾਲੀ ਗੱਲ, ਉਸੇ ਕਰਕੇ ਵੀਡੀਓ ਲੈ ਕੇ ਆਏ ਹਾਂ। ਪ੍ਰਿੰਸੀਪਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਦਰ ਸਿੰਘ ਜੀ। ਅਤੇ ਤੁਹਾਡਾ ਉਪਰਾਲਾ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ, ਕਿਉਂਕਿ ਜੇ ਤੁਸੀਂ ਬੱਚਿਆਂ ਨੂੰ ਐਪਰੀਸ਼ੀਏਟ ਕਰੋਗੇ ਤਾਂ ਹੀ ਬੱਚੇ ਇੱਧਰ ਨੂੰ ਹਰਿਆਲੀ ਵਾਲੇ ਪਾਸੇ ਨੂੰ ਜਾਣਗੇ, ਤਾਂ ਹੀ ਬੱਚੇ ਦਰਖਤ ਲਾਉਣਗੇ। ਤੁਹਾਡੇ ਮਨ 'ਚ ਕਿਵੇਂ ਗੱਲ ਆਈ ਜੀ ਇਹ? ਸਾਨੂੰ ਜੀ ਮਹਿਕਮੇ ਵੱਲੋਂ ਮਤਲਬ ਸਕੂਲਾਂ ਵਾਸਤੇ ਮਿਸ਼ਨ ਚੱਲ ਰਿਹਾ। ਅੱਛਾ ਜੀ, ਮਿਸ਼ਨ ਜੀ, ਉਹਦੇ ਤਹਿਤ ਮਤਲਬ ਇਹ ਬੂਟੇ ਲਾਏ ਜਾ ਰਹੇ ਨੇ ਜੀ। ਵੱਖ ਸਾਰੇ ਸਕੂਲਾਂ 'ਚ ਇਹ ਉਪਰਾਲੇ ਕੀਤੇ ਗਏ ਨੇ ਜੀ, ਵੀ ਆਪਾਂ ਸਕੂਲ ਪੱਧਰ 'ਤੇ ਇਹ ਚੀਜ਼ ਚਲਾਈਏ ਜੀ, ਤਾਂ ਕਿ ਮਤਲਬ ਸਮਾਜ ਦੇ ਵਿੱਚ ਵੀ ਇਹ ਚੀਜ਼ ਫੈਲੇ ਜੀ, ਤਾਂ ਕਿ ਆਪਣਾ ਜਿਹੜਾ ਪੰਜਾਬ ਆ ਹਾਂਜੀ ਖੁਸ਼ਹਾਲ ਅਤੇ ਹਰਿਆਲੀ ਆ, ਭਰਪੂਰ ਬਣੇ ਜੀ, ਜਿਹਦੇ ਨਾਲ ਵਾਤਾਵਰਨ ਜਿਹੜਾ ਜੀ ਉਹ ਠੀਕ ਹੋਵੇ। ਗਿਆਨੀ ਜੀ, ਆਪਣੇ ਪਿੰਡ ਦੇ ਵਿੱਚ ਬਹੁਤ ਪਹਿਲਾਂ ਵੀ ਮੁੰਡਿਆਂ ਨੇ ਬੂਟੇ ਲਾਏ ਸੀਗੇ ਜੀ, ਅਤੇ ਤੁਹਾਡਾ ਬੜਾ ਸਹਿਯੋਗ ਰਿਹਾ ਉਹਦੇ ਵਿੱਚ, ਅਤੇ ਹੁਣ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ? ਵਿੱਚ ਮੁੰਡਿਆਂ ਦਾ ਦਿਲ ਟੁੱਟਿਆ ਪਿਆ ਜੀ, ਕਹਿੰਦੇ ਬੂਟੇ ਖਰਾਬ ਬਹੁਤ ਕਰਤੇ ਜੀ। ਇਹੀ ਗੱਲ ਹੈ ਜੀ, ਵੀ ਲੋਕ ਸੰਭਾਲ ਨਹੀਂ ਕਰਦੇ। ਹਾਂਜੀ, ਜਿਹੜੇ ਸਾਡੇ ਨੌਜਵਾਨ ਨੇ ਹਾਂਜੀ, ਉਹਨਾਂ ਦੇ ਅੰਦਰ ਤਾਂ ਹੈਗਾ ਹੈ ਉਤਸ਼ਾਹ ਵੀ ਆਪਾਂ ਵੱਧ ਤੋਂ ਵੱਧ ਬੂਟੇ ਲਾਈਏ ਜੀ, ਅਤੇ ਪਿੰਡਾਂ ਨੂੰ, ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਨੇ, ਖਾਲੀ ਥਾਵਾਂ ਨੇ ਜਾਂ ਸਾਂਝੀਆਂ ਥਾਵਾਂ ਨੇ, ਹਾਂਜੀ, ਡੇਰੇ, ਗੁਰਦੁਆਰੇ, ਮੰਦਰ ਜੀ, ਉੱਥੇ ਬੂਟੇ ਲਾ ਕੇ ਆਪਾਂ ਵੱਧ ਤੋਂ ਵੱਧ ਬਨਸਪਤੀ ਹੈ ਜਿਹੜੀ ਇਹਦੀ ਸੰਭਾਲ ਕਰੀਏ। ਬਿਲਕੁਲ ਜੀ, ਬਿਲਕੁਲ। ਪਰ ਇਹਦੇ ਵਿੱਚ ਜਿਹੜੇ ਲੋਕ ਨੇ, ਖਾਸ ਕਰਕੇ ਕਿਸਾਨ ਭਰਾ ਹਾਂਜੀ, ਉਹ ਬਹੁਤਾ ਸਹਿਯੋਗ ਨਹੀਂ ਦੇ ਰਹੇ ਜੀ। ਉਹ ਜਾਣੀ ਕਿ ਆਪਦਾ ਹੀ ਸਵਾਰਥ ਹਰ ਕੋਈ ਦੇਖਦਾ, ਮੈਂ ਵੀ ਇਹਦੇ ਵਿੱਚ ਹੀ ਸ਼ਾਮਿਲ ਹੋ ਸਕਦਾ ਜੀ। ਵੀ ਜਦੋਂ ਸਾਡੀ ਖੇਤ ਦੇ ਕਿਨਾਰੇ ਜਾਂ ਸਾਡੇ ਘਰ ਦੇ ਬਾਰ ਮੂਹਰੇ ਜੀ ਬੂਟਾ ਲਾਉਂਦਾ ਜੀ, ਤਾਂ ਅਸੀਂ ਉਹਦੀ ਸੰਭਾਲ ਨਹੀਂ ਕਰਦੇ, ਉਸ ਅੜਿੱਕਾ ਮੰਨ ਕੇ ਹਾਂਜੀ, ਤੇ ਉਹਨੂੰ ਪੱਟਣ ਦੀ ਕਰਦੇ ਆ। ਬਿਲਕੁਲ ਜੀ, ਬਿਲਕੁਲ। ਇਹ ਇੱਕ ਬਹੁਤ ਵੱਡੀ ਸੰਪਤੀ ਆ ਸਾਡੇ ਜੀਵਨ ਦੇ ਨਾਲ, ਬਨਸਪਤੀ ਦਾ, ਰੁੱਖਾਂ ਦਾ ਬਹੁਤ ਸੰਬੰਧ ਹੈ। ਕਹਿੰਦੇ ਜਨਮ ਤੋਂ ਲੈ ਕੇ ਐਂਡ ਤੱਕ ਹਾਂਜੀ ਇੱਕ ਮਨੁੱਖ ਹੈ ਜਿਹੜਾ ਉਹ ਰੁੱਖਾਂ ਦੇ ਨਾਲ ਹੀ ਜੰਮਦਾ, ਰੁੱਖਾਂ ਦੇ ਨਾਲ ਹੀ ਪਲਦਾ, ਤੇ ਰੁੱਖਾਂ ਦੇ ਨਾਲ ਹੀ, ਲੱਕੜ ਦੇ ਨਾਲ ਹੀ ਉਹ ਸਿਮਟਿਆ ਜਾਂਦਾ। ਬਿਲਕੁਲ ਜੀ, ਮਰਨ ਵਾਸਤੇ ਵੀ ਸਾਨੂੰ ਘੱਟੋ ਘੱਟ 7-8 ਕੁਇੰਟਲ ਲੱਕੜ ਚਾਹੀਦਾ, ਤਾਂ ਬੰਦੇ ਦਾ ਸੰਸਕਾਰ ਹੁੰਦਾ। ਬਿਲਕੁਲ ਜੀ, ਬਿਲਕੁਲ। ਮਰਦਾ ਬੰਦਾ ਵੀ ਜਾਣੀ ਕਿ ਲੱਕੜ ਨਾਲ ਲੈ ਕੇ, ਬਿਲਕੁਲ, ਮਤਲਬ ਦਰਖਤ ਚਾਹੀਦੀ ਚਾਹੀਦੀ ਹੈ ਜੀ, ਹੈ ਨਾ, ਚਾਹੀਦੇ ਨੇ। ਬਾਕੀ ਹੋਰ ਕੰਮਾਂ ਦੇ ਵਿੱਚ ਫਰਨੀਚਰ ਜਾਂ ਘਰਾਂ ਦੇ ਵਿੱਚ ਜਿਹੜੇ ਹੁਣ ਬਿਲਡਿੰਗਾਂ ਬਣਨੀਆਂ ਨੇ, ਹਾਂਜੀ ਹਾਂਜੀ, ਉਹਦੇ ਵਿੱਚ ਵੀ ਅਸੀਂ ਬਹੁਤ ਸਾਰਾ ਜਿਹੜਾ ਫਰਨੀਚਰ ਆ ਉਹ ਬੜਾ ਮਹਿੰਗਾ ਮਹਿੰਗਾ ਲਿਆ ਕੇ ਲਾਉਂਦੇ ਹਾਂ ਜੀ। ਅਤੇ ਲੋੜ ਹੈ ਵੀ ਜੇ ਅਸੀਂ, ਸਾਨੂੰ ਇਹਨਾਂ ਚੀਜ਼ਾਂ ਦਾ ਸ਼ੌਕ ਹੈ ਜੀ, ਤਾਂ ਅਸੀਂ ਦਰਖਤ ਲਾ ਕੇ ਉਹਨਾਂ ਨੂੰ ਪਾਲੀਏ ਅਤੇ ਸੰਭਾਲਣ ਦਾ ਵੀ, ਇਹ ਵੀ ਸਾਡੇ ਇੱਕ ਜ਼ਿੰਮੇਵਾਰੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਉਪਰਾਲਾ ਬਹੁਤ ਵਧੀਆ ਲੱਗਿਆ। ਮਿੱਤਰੋ, ਜਿਹਨੂੰ ਵੀ ਸਾਡੇ ਸਕੂਲ ਦਾ, ਸਿੱਖ ਹੈਰੀਟੇਜ ਪਬਲਿਕ ਸਕੂਲ ਦਾ ਉਪਰਾਲਾ ਜਿਹੜਾ ਵਧੀਆ ਲੱਗਿਆ, ਤਾਂ ਜ਼ਰੂਰ ਸਾਡੀ ਵੀਡੀਓ ਸ਼ੇਅਰ ਕਰਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ।